दोस्तों की हाल चाल ने जनाब तुम वेखते पे अरशद अली टीवी ते मैं तुहाडा मेजबान अरशद अली जोईया ते जनाब जिवें कि तुहानू पता है कि मैं हर रोज़ कोशिश करना कि तुहाडे वास्ते नवी तों नवी वीडियो लैके आवां ते जनाब अज भी मैं लैके आया जिहड़ा कि मेरे जनाब खब्बे पासे इक मैं खड़ोती है पूरे 20 मिनट जनाब मैं मालकां दे कोल बैठा रहा उस तों बाद जनाब इस मैं दी मैं वीडियो पा रहा यह कैमरामैन साहब इस मैं दी जनाब विखाओ सवार के झलक मरवाओ उस तों बाद आपां करांगे जाफर नाल गल भी जनाब इस मैं दा की हिसाब किताब है किन्नवा है जनाब सुबह सोई है ये मैं उन्हां दी घर दी है या व्यापार दी है ये भी मैं पूछांगा यह जनाब तुसीं वेख रहे जे ये प्योर नीली दी मैं जनाब कोई बंदा ये साबित करे कि जनाब नीली प्योर दी मैं नहीं दी मालक का कहना है जनाब मेरा नंबर मेरा एड्रेस थां पता उन्हूं देना ते उन्हूं मेरे कोल लै आवना जिहड़ा बंदा कहे कि जनाब प्योर नीली दी मैं नहीं दी ते एवें जिहड़ा भी ये चढ़ाई गई है ते यार दी अखां विच लेंस लवा के ते नीली दी अखां बनाईयां गईयां ने ए जनाब तुसीं वेख रहे जे ए मेरा कैमरामैन तुहानूं विखा रहा जनाब मैं इहनूं सोई नूं जनाब अज हो गए ने तकरीबन 6 घंटे यह सुबह की सोई है ये जनाब 6 घंटे हो गए ने मैंने अजे तिकर पता नहीं बोली सट्टी है कि नहीं अपना जेर वह मैं पूछांगा जनाब पा जाफर नू ते बाकी जनाब लेने देने मुकद्दर हुंदे ने अरशद अली टीवी चैनल जनाब तुहाडे वास्ते लभ लभ के जनाब चीज़ां पाँदा ते अपना एवें नहीं पाँदा ते पा जाफर नू माड़ा जिहा इंठो टोर लै ते मेरा कैमरामैन विखा देंदा बिंद चारे पैर माशाला ठीक ने या किरे कंडा कुंडा लग्या होया वह भी मेरे जिहड़े ने अपना जट लोग बेली वह भी वेख लैणगे जनाब ते तोहफे चढ़ाउंदा अरशद अली टीवी चैनल जिहड़ा एवें नहीं पाँदा यह जनाब तुसीं वेख रहे जे मेरा कैमरामैन तुहानूं विखा रहा जनाब मैं इहदा की हिसाब किताब है ਉਹ ਮੈਂ ਕਰ ਲਾਂਗਾ ਜਨਾਬ ਭਾ ਜਾਫਰ ਨਾਲ ਗੱਲ ਤੇ ਮੈਂ ਕਰ ਲੈਣਾ ਭਾ ਜਾਫਰ ਨਾਲ ਗੱਲ ਤੇ ਕੈਮਰਾਮੈਨ ਸਾਹਿਬ ਤੁਸੀਂ ਇਹਦੀ ਤਸੱਲੀ ਕਰਾਵਣੀ ਜਿਹੜੀ ਕਰਵਾ ਲਵੋ ਤੇ ਆਹ ਮਗਰ ਇਹਦਾ ਬੱਚਾ ਵੀ ਫਿਰਦਾ ਇਹ ਵੀ ਵਿਖਾ ਦੇਣਾ ਸਵਾਰ ਕੇ ਇਹਦਾ ਮੂੰਹ ਵੀ ਵਿਖਾ ਦੇਣਾ ਵੀ ਇਹ ਬੱਚਾ ਇਸੇ ਹੀ ਮੈਂ ਦਾ ਜਾਂ ਨਹੀਂ ਤੇ ਮੈਂ ਕਰ ਲੈਣਾ ਭਾ ਜਾਫਰ ਨਾਲ ਗੱਲ ਵੀ ਇਸ ਮੈਂ ਦੀ ਸਾਨੂੰ ਜਨਾਬ ਜਿਹੜੀ ਹੈ ਨਾ ਕਲੀਅਰ ਕਲੀਅਰ ਡਿਟੇਲ ਦੇਣੀ ਹੈ ਤੇ ਅਸਲਾਮ ਅਲੈਕਮ ਜੀ ਵਾਲੇਕੁਮ ਅਸਲਾਮ ਜੀ ਲੈ ਭਾ ਜਾਫਰ ਹੈ ਜਨਾਬ ਤੁਹਾਡੀ ਮੈਂ ਜਨਾਬ ਮੈਂ ਵਿਖਾਈ ਹੈ ਹੁਣ ਤੇ ਮੈਨੂੰ ਤੁਸੀਂ ਜਨਾਬ ਇਹ ਦੱਸਣਾ ਹੈ ਸਭ ਤੋਂ ਪਹਿਲਾਂ ਵੀ ਇਹ ਮੈਂ ਪਿਓਰ ਨੀਲੀ ਦੀ ਹੈ ਜਾਂ ਆਪਣਾ ਵਿੱਚ ਕੋਈ ਰਲਾ ਮਿਲਾ ਜਾਂਦੇ ਇਹ ਜੀ ਪਿਓਰ ਨੀਲੀ ਦੀ ਹੈ ਪੱਕੀਆਂ ਗਰੰਟੀਆਂ ਨਾਲ ਪਿਓਰ ਨੀਲੀ ਦੀ ਕਲੀਅਰ ਮਨ ਦਰਿਆ ਦੀ ਉੱਥੋਂ ਠੀਕ ਹੈ ਕੋਈ ਬੰਦਾ ਆਖ ਦੇਵੇ ਕਿ ਇਹ ਨੀਲੀ ਦੀ ਨਹੀਂ ਹੈ ਤੇ ਜੁਰਮਦਾਰ ਤੇਰਾ ਵੀ ਲਵਣ ਵਾਲੇ ਦਾ ਹੀ ਤਾਂ ਖੁਦਾ ਦਾ ਹੀ ਠੀਕ ਹੋ ਗਿਆ ਤੇ ਇਹ ਹੁਣ ਤੁਸੀਂ ਮੈਨੂੰ ਇਹ ਵੀ ਦੱਸਣਾ ਹੈ ਵੀ ਜਨਾਬ ਇਹ ਸੁਬਾਹ ਕਿੰਨਵਾਂ ਸੋਈਏ ਦੂਸਰਾ ਸੋਈਏ ਜਾਂ ਤੀਸਰਾ ਜਾਂ ਪਹਿਲਾ ਇਹ ਜੀ ਦੂਸਰਾ ਸੁਬਾਹ ਸੋਈਏ ਪਹਿਲਣ ਮੱਝ ਸੋਈਏ 1.5 ਮਹੀਨੇ ਬਾਅਦ ਮੱਝ ਨਵੇਂ ਦੁੱਧ ਹੋ ਗਈ ਹੈ ਜੀ ਠੀਕ ਹੈ ਹੁਣ ਜੀ ਇਹ ਦੂਸਰਾ ਸੁਬਾਹ ਸੋਈ ਖੜੀ ਹੈ ਜੀ 6 ਘੰਟੇ ਮੱਝ ਸੋਈ ਨੂੰ ਹੋ ਗਏ ਨੇ ਜੇ ਰਲੇ ਥੋੜੀ ਮੱਝ ਨਹੀਂ ਸੱਟੀ ਜਾਇਆ ਕੱਟਿਆ ਗਿਆ ਸੂ ਮੁੜ ਬਾਅਦ 'ਚ ਆਖੀ ਕਿ ਬਈ ਕੱਟੀ ਆਈ ਥੋੜੇ ਅੱਗੇ ਹੈ ਹਾਂਜੀ ਅੱਛਾ ਇਹ ਘਰ ਦੀ ਹੈ ਯਾਨੀ ਕਿ ਮੈਂ ਜੀ ਨਹੀਂ ਇਹ ਝੂਠ ਨਹੀਂ ਵੱਜਦਾ ਇਹ ਲੰਗਦੀਆਂ ਕੋਲ ਖਰੀਦ ਕੇ ਲਿਆਂਦੀ ਅੱਛਾ ਖਰੀਦ ਕੇ ਲਿਆਂਦੀ ਹੈ ਤੇ ਕਦੋਂ ਦੀ ਖਰੀਦੀ ਹੈ ਤੁਸੀਂ ਇਹ ਜੀ ਤਕਰੀਬਨ ਮੈਂ 2 ਦਿਨ ਮੈਂ ਸੁਣ ਦੇ ਰਹਿੰਦੇ ਆ ਖਰੀਦ ਕੇ ਲਿਆਂਦੀ ਜੀ ਅੱਛਾ ਹੁਣ 2 ਦਿਨ ਸੁਮਣ ਦੇ ਰਹਿੰਦੇ ਆਏ ਤੇ ਤੁਸੀਂ ਖਰੀਦ ਕੇ ਲੈ ਕੇ ਆਏ ਹੋ ਮੈਨੂੰ ਖਰੀਦੀ ਨਹੀਂ ਠੀਕ ਹੋ ਗਿਆ ਤੇ ਇਹ ਆਪਣਾ ਉਹਨਾਂ ਕੋਲ ਤੁਸੀਂ ਲੈ ਕੇ ਆਏ ਹੋ ਤੇ ਉਹਨਾਂ ਕੋਲ ਜਦੋਂ ਲੈਣ ਗਏ ਹੋ ਤੇ ਉਹਨਾਂ ਦੱਸਿਆ ਵੀ ਇਹਦਾ ਕੀ ਆਪਣਾ ਹਿਸਾਬ ਕਿਤਾਬ ਕਿੰਨਾ ਦੁੱਧ ਬੜਾ ਆਖਿਰ ਮੁੱਲ ਭਰ ਕੇ ਆਇਆ ਕੋਈ ਐਵੇਂ ਛੱਡ ਤੇ ਨਹੀਂ ਲਿਆਂਦੀ ਸਾਰੀਆਂ ਗੱਲਾਂ ਦੀ ਗਰੰਟੀ ਲਈਏ ਪੁੱਛ ਪਹਿਲਣ ਮੱਝ ਦਿੰਦੀ ਰਹੀ 14 ਲੀਟਰ ਉਹਨਾਂ ਕਿਹਾ ਕਿ ਹੁਣ 17 ਲੀਟਰ ਨਾ ਦੇਵੇ ਤੇ ਡਾਂਗ ਮਾਰ ਕੇ ਇੱਥੇ ਛੱਡ ਜਾਵੀ ਸਾਡੀ ਮੱਝ ਸਮਝ ਆ ਗਈ ਅੱਛਾ ਕੈਮਰਾਮੈਨ ਸਾਹਿਬ ਮੈਂ ਇਹਦੀ ਜਨਾਬ ਤਸੱਲੀ ਕਰਾ ਦਿਓ ਤੇ ਮੈਂ ਭਾ ਜਾਫਰ ਨਾਲ ਗੱਲ ਕੀਤੀ ਜਾ ਰਿਹਾ ਤੇ ਆਪਣਾ ਹੁਣ ਤੁਸੀਂ ਮੈਨੂੰ ਇਹ ਕੀ ਕਹਿੰਦੇ ਹੋ ਵੀ ਇਹ ਕਿੰਨਾ ਕਰੇਗੀ ਛਿਲੇ ਤੋਂ ਬਾਹਰ ਗਈ ਇਨਸ਼ਾਅੱਲਾ ਜੀ ਮੈਂ ਅੱਜ ਕਰੇਗੀ 18 ਲੀਟਰ 18 ਲੀਟਰ ਦੁੱਧ ਕਰੇਗੀ ਮੈਂ ਛਿਲੇ ਤੋਂ ਬਾਹਰ ਗਈ ਲੀਟਰ ਮੌਕੇ ਤੇ ਚਵਾ ਦਿਆਂਗੇ ਕੱਲ ਚੋਵੇ ਕੋਈ ਪਰਸੋਂ ਚੋਵੇ ਬੋਲਾ 16 ਲੀਟਰ ਛਿਲੇ ਤੋਂ ਬਾਅਦ ਐਵੇਂ ਆਖੀ 25 ਲੀਟਰ ਜੀ ਕਰੇਗੀ 25 ਲੀਟਰਾਂ ਵਾਲਾ ਝੂਠ ਹੈ 18 ਲੀਟਰਾਂ ਦੀ ਗਰੰਟੀ ਦੀ 18 ਲੀਟਰ ਦੇਵੇਗੀ ਦੂਸਰੀ ਗੱਲ ਇਹ ਮਾਰ ਕਾਲੇ ਖਾਏ ਗੱਲਾਂ ਕਰਦਾ ਕਿ ਬਈ ਮੇਰੀ ਮੱਝ ਰੰਗੀ ਕੋਈ ਮੱਝ ਫਖਾ ਦੇਵੇ ਪਾ ਦੇਵੇ ਇਹਨੂੰ ਨੀਲੀ ਦੀ ਆਖਦੇ ਨੀ ਮੋਰਾਂ ਵਰਗੀ ਟੋਰ ਵੀ ਆਉਂਦੀ ਹੈ ਜਦੋਂ ਟੁਰੇ ਉਹ ਵੀ ਵੇਖ ਲਵੀ ਹਮਾਨਾ ਵੇਖ ਲਵੀ 19 ਮੈਂ ਜਿੰਨਾ ਥੱਲੇ ਹਮਾਨਾ ਸਿਰ ਵੇਖ ਲੈ ਕਿਸੇ ਪਾਸੋਂ ਕੋਈ ਬੰਦਾ ਆਖ ਦੇਵੇ ਕਿ ਨੀਲੀ ਦੀ ਨਹੀਂ ਹੈ ਤੇ ਜਾਂ ਫਿਰ ਜਬੇਲ ਮੁੱਛਾਂ ਮੂੰਹ ਨਾਲ ਅਸੀਂ ਆਪਦੀਆਂ ਮਾਰ ਕਾਲੇ ਖਾਂ ਦਾ ਜੀ ਉਹ ਜੋਟ ਪੱਲਣ ਉਹ ਜੋਟ ਇਹੀ ਜੋਟੀਆਂ ਆਉਂਦੀਆਂ ਨੀ ਦੂਜਣਾ ਅੱਛਾ ਤੇ ਹੁਣ ਇਹਦਾ ਜਨਾਬ ਜਿਹੜਾ ਆਪਣਾ ਤੁਸੀਂ ਕਹਿ ਰਹੇ ਹੋ ਕਿ 18 ਆਪਣਾ 16 ਲੀਟਰ ਮੌਕੇ ਤੇ ਦੁੱਧ ਜਿਹੜਾ ਨਾ ਤੁਸੀਂ ਬੋਲੀ ਚਵਾਵੋਗੇ ਤੇ ਬਾਅਦ ਛਿਲੇ ਚ ਬਾਹਰ ਗਈ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ 18 ਲੀਟਰ ਕਰੇਗੀ ਅੱਗੇ ਜਿਹੜੀ ਇਹ ਅੱਗੇ ਆਪਣਾ ਗਈ ਦਾ ਕੀ ਹਿਸਾਬ ਕਿਤਾਬ ਹੋਏਗਾ ਮਾਲਕਾਂ ਦੀ ਖੁਰਾਕ ਦੀ ਹੋਣੀ ਹੈ ਅਪਰੋਚ ਜਿਹਨਾਂ ਲੈ ਸਕਣੋ ਮਾਲਕਾਂ ਆਪਦੀ ਖੁਰਾਕ ਨਾਲ ਲੈਣਾ ਤੇ ਆਪਦੇ ਮੁਕੱਦਰ ਦਾ ਉਹਨਾਂ ਲੈਣਾ ਠੀਕ ਹੋ ਗਿਆ ਤੇ ਆਪਣਾ ਇਹ ਆਪਣਾ
18 ਤੁਸੀਂ ਕਹਿ ਰਹੇ ਹੋ ਕਿ ਕਰਨਗੀਆਂ ਤੇ ਮੈਂ ਵੀ ਚਵਾਵਾਂ 16 ਗੱਡਵੀਆਂ ਤੇ ਤੁਸੀਂ ਚਵਾ ਸਕਦੇ ਹੋ ਜਾਂ ਮੇਰਾ ਕੋਈ ਜੱਟ ਲੋਕ ਭਰਾ ਮੇਰੇ ਮਗਰ ਆ ਜਾਵੇ ਤੇ ਮੈਨੂੰ ਤੁਸੀਂ ਚਵਾ ਕੇ ਦਿਓਗੇ 16 ਇਸ ਵਕਤ ਮਰਜ਼ੀ ਆ ਜਾਵੇ ਜਿਸ ਵਕਤ ਮਰਜ਼ੀ ਆ ਜਾਵੇ ਇੱਥੇ 16 ਲੀਟਰ ਗੱਡਵੀ ਵਗਵਾ ਤੇ ਠੰਡਾ ਦੁੱਧ ਚਵਾ ਕੇ ਦਿਸੇ ਦੂਸਰੀ ਗੱਲ ਇਹ ਕਿ ਮੱਝ ਮੇਰੀ ਨਵੈਸ਼ ਤੇ ਹੀ ਪਾਵੀਂ ਅੱਲਾ ਦੀ ਬਰਕਤ ਨਾਲ ਇੱਕ ਨੰਬਰ ਤੇ ਨਾ ਹੀ ਤੇ ਦੂਸਰੇ ਨੰਬਰ ਤੇ ਜ਼ਰੂਰ ਨੰਬਰ ਮੈਂ ਲੈ ਲੈਣਾ ਇਨਸ਼ਾਅੱਲਾ ਠੀਕ ਹੋ ਗਿਆ ਹੁਣ ਇਹਦੇ ਜਨਾਬ ਸਾਨੂੰ ਤੁਸੀਂ ਫਾਈਨਲ ਪੈਸੇ ਦੱਸਣੇ ਨੇ ਜ਼ਿਆਦਾ ਨਹੀਂ ਦੱਸਣੇ ਵੀ ਐਵੇਂ ਜ਼ਿਆਦਾ ਦੱਸੀਏ ਤੇ ਉਹ ਨਾ ਹੋਵੇ ਵੀ ਆਪਾਂ ਚਾਂਦੇ ਫਿਰੀਏ ਪੰਡ ਤੇ ਚਵੇਂ ਹੀ ਨਾ ਤੇ ਇਹਦੇ ਫਾਈਨਲ ਜਿਹੜੇ ਪੈਸੇ ਨੇ ਸਾਨੂੰ ਉਹ ਦੱਸਣੇ ਇਹ ਮਕੂਲ ਜੀ ਗੱਲਾਂ ਮੁੜ ਅੱਗੇ ਗੁਲਾਮ ਮਸ਼ਲਾ ਮੈਂ ਆਪਾਂ ਨੂੰ ਆਉਂਦੇ ਰਹਿੰਦੇ ਨੇ ਹੁਣ ਇਹਦਾ 10 ਲੱਖ ਤੇ 12 ਲੱਖ ਤੇ ਉਹ ਮੁੜ ਗੱਲਾਂ ਗਲਤ ਨੇ 7 ਲੱਖ ਤੇ 75,000 ਰੁਪਇਆ ਜਿਹੜੇ ਪੈਸੇ ਆਪਾਂ ਲੈ ਲੈਣੇ ਨੇ ਇਨਸ਼ਾਅੱਲਾ 7,75,000 ਰੁਪਇਆ ਤੇ ਜ਼ਿਆਦਾ ਹੈ ਕੋਈ ਥੋੜਾ ਬਹੁਤਾ ਥੱਲੇ ਆ ਯਾਰਾ ਐਂ ਨਾ ਕਰ ਯਾਰ ਉਸਤਾਦ ਜੀ ਮੈਂ ਕਿਹੜਾ 10 ਲੱਖ ਮੰਗ ਲਿਆ ਕਿ ਥੱਲੇ ਆਵਾਂ 7,75,000 ਮੰਗਿਆ ਕੋਈ ਤੇਰੇ ਆਇਆ ਦੀ ਦੀਦ ਕਦਰ ਹੋ ਜਾਸੀ ਕੋਈ ਤੇਰਾ ਦੋਸਤ ਆ ਜਾਂਦਾ ਉਹਨਾਂ ਦੀ ਦੀਦ ਕਦਰ ਹੋ ਜਾਸੀ ਕੋਈ ਦੀਦ ਲਿਆਜ਼ ਹੋ ਜਾਸੀ ਹੋਰ ਮੱਝ ਮੇਰੀ ਇਸ ਤੋਂ ਖੋਟੀ ਨਹੀਂ 1 ਰੁਪਈਆ ਹੀ ਹਾਂਜੀ ਅੱਛਾ 7,75,000 ਰੁਪਇਆ ਵਿੱਚ ਪਿਆਰ ਮੁਹੱਬਤ ਵੀ ਪਾਵੇਂਗਾ ਮੇਰੇ ਆਏ ਦਾ ਵੀ ਤੂੰ ਕਹਿ ਰਿਹਾ ਕਿ ਮੈਂ ਜਨਾਬ ਕਰਾਂਗਾ ਹਯਾ ਪੂਰਾ ਮੈਂ ਤੂੰ ਇਹ ਵੀ ਕਹਿ ਰਿਹਾ ਕਿ ਜਨਾਬ ਨਮਾਇਸ਼ ਤੇ ਵੀ ਜਾ ਸਕਦੀ ਹੈ ਤੇ ਬਾਕੀ ਜਿਹੜੀ ਇਹ ਗੱਲ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ ਨੰਬਰ ਜਨਾਬ ਮੇਰਾ ਹੈਗਾ 0300 7287 0300 7297 2728 ਇਹ ਜਨਾਬ ਮੇਰਾ ਵਟਸਐਪ ਤੇ ਈਮੇਲ ਦਾ ਨੰਬਰ ਹੈ ਇਸ ਨੰਬਰ ਤੇ ਜਨਾਬ ਤੁਸੀਂ ਕਰਨੀ ਹੈ ਕਾਲ ਇਹ ਜਨਾਬ ਮੈਂ ਰੋਕਾਂਗਾ ਤਕਰੀਬਨ 3 ਦਿਨ ਉਸ ਤੋਂ ਬਾਅਦ ਮੈਂ ਜਨਾਬ ਇਹਦਾ ਨਹੀਂ ਜ਼ਿੰਮੇਦਾਰ ਹਾਂ ਤੇ ਮੈਂ ਉਮੀਦ ਕਰਾਂਗਾ ਕਿ ਜਨਾਬ ਆਪਣਾ ਬੇੜਾ ਜੱਡੀ ਹੈ ਮੱਝ ਆ ਕੈਮਰਾਮੈਨ ਸਾਹਿਬ ਵਿਖਾ ਦਿਓ ਜਨਾਬ ਤਸੱਲੀ ਨਾਲ ਇਹ ਜਨਾਬ ਤੁਸੀਂ ਵੇਖ ਰਹੇ ਜੇ ਜਨਾਬ ਤੇ ਠੀਕ ਹੋ ਗਿਆ ਜੀ ਇਹ ਭਾਈ ਮਾਲਕਾਂ ਦਾ ਕਹਿਣਾ ਕਿ ਕੋਈ ਬੰਦਾ ਇਹ ਕਹੇ ਕਿ ਜਨਾਬ ਇਹ ਨੀਲੀ ਦੀ ਨਹੀਂ ਤੇ ਉਹਨੂੰ ਵੀ ਸਾਡੇ ਨਾਲ ਲੈ ਕੇ ਆਉਣਾ ਜਾਂ ਆਪਣਾ ਸਾਡਾ ਐਡਰੈਸ ਦੇਣਾ ਵੀ ਸਾਡੇ ਕੋਲ ਆ ਕੇ ਸਾਨੂੰ ਆਖਣ ਵੀ ਜਨਾਬ ਮੈਂ ਨੀਲੀ ਦੀ ਨਹੀਂ ਤੇ ਨੰਬਰ ਜਨਾਬ ਮੈਂ ਦੱਸ ਚੁੱਕਿਆ ਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਆਹ ਕੈਮਰਾਮੈਨ ਸਾਹਿਬ ਦਾ ਬੱਚਾ ਵੀ ਵਿਖਾ ਦਿਓ ਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਤੇ ਮਾਰੋ ਹੱਥ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਤੇ ਜਨਾਬ ਤੁਸੀਂ ਉਹ ਵੀਡੀਓ ਵੇਖ ਸਕੋ ਮਿਲਾਂਗੇ ਜਨਾਬ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਪਾਕਿਸਤਾਨ ਜ਼ਿੰਦਾਬਾਦ